ਉਸਤਾਦ ਜੀ ਮੈਨੂੰ ਤੁਸੀਂ ਬਾਹਰ ਹੀ ਛੱਡ ਆਇਓ, ਇਹ ਮੇਰਾ ਸ਼ਾਗਿਰਦ ਹੈ। ਅੱਛਾ ਜੀ, ਔਰ ਰਕਸ਼ੇ ਵਾਲਾ ਪਕਾਇਆ ਹੀ ਨਹੀਂ ਦੇਂਦੇ ਆ। ਕੀ ਦਿੱਤਾ ਜੀ ਉਹਨਾਂ ਨੂੰ? ਦਿੱਤਾ ਤੇ ਕੱਖ ਵੀ ਨਹੀਂ। ਉਹ ਕਹਿੰਦਾ ਪਹਿਲਾਂ ਮੈਂ ਰਕਸ਼ਾ ਧਵਾਵਾਂਗਾ। ਵਾਹ ਜੀ ਵਾਹ ਉਸਤਾਦ ਜੀ, ਇਹ ਕਿਹੜੀ ਜਗ੍ਹਾ ਹੈ ਜੀ? ਇਹ ਮੇਰੇ ਭਣਵਈਏ ਦੀ ਹਵੇਲੀ ਹੈ। ਵਾਹ ਵਾਹ, ਮੈਂ ਆਪਣੇ ਭਣਵਈਏ ਨੂੰ ਸਸਤੀਆਂ ਸਮਿਆਂ 'ਚ ਭੈਣ ਦਾ ਰਿਸ਼ਤਾ ਦੇ ਦਿੱਤਾ ਸੀ। ਸ਼ੁਕਰ ਕਰੋ ਸਸਤਿਆਂ ਸਮੇਂ ਹੀ ਦੇ ਦਿੱਤਾ, ਹੁਣ ਤਾਂ ਕਿਸੇ ਨੇ ਲੈਣਾ ਵੀ ਨਹੀਂ ਸੀ। ਹੁਣ ਕਿਹਨੇ ਲੈਣਾ? ਆਉਣੀ ਇਹੋ ਜਿਹੀਆਂ ਡਿੰਗੀਆਂ ਨੇ। ਆਏ ਬੜਾ ਮਾਰਿਆ ਤੁਹਾਨੂੰ, ਆਪਣੀ ਫੈਮਿਲੀ ਦੀ ਪਈ ਹੈ ਮੇਰੇ ਕੋਲ। ਬੇਫਿਕਰ ਹੋ ਜਾ, ਪੁਲਿਸ ਨੇ ਮਾਰਿਆ ਮੈਨੂੰ। ਉਹ ਹਕੀਮ ਚੱਲ ਕੇ ਆਪ ਆ ਗਿਆ ਤੇਰੇ ਘਰ। ਅੱਛਾ ਜੀ, ਮੇਰੇ ਉਸਤਾਦ ਦੇ ਮੋਹਤਰਮ ਬੜੇ ਕਾਬਿਲ ਹਕੀਮ ਨੇ। ਅੱਛਾ ਹਾਂ, ਆ ਕਹਿੰਦੇ ਸ਼ੂਗਰ ਦਾ ਇਲਾਜ ਹੈ ਨਹੀਂ। ਹਾਂ, ਕੌਣ ਕਹਿੰਦਾ ਸ਼ੂਗਰ ਦਾ ਇਲਾਜ ਹੈ ਨਹੀਂ? ਬਸ ਉਸਤਾਦ ਦੇ ਮਾਮੇ ਨੂੰ ਸ਼ੂਗਰ ਸੀ, ਇੱਕ ਪੁੜੀ ਦਿੱਤੀ ਆ, ਨਾ ਸ਼ੂਗਰ ਰਹੀ ਨਾ ਹੋ ਰਿਹਾ। ਦਰਦਾਂ ਦਾ ਤੇ ਇੱਕ ਮਿੰਟ ਦਾ ਇਲਾਜ ਆ। ਕੀ ਕੀ ਕਿਵੇਂ ਕਿਵੇਂ ਆ ਦਰਦ ਹੁੰਦੀ ਹੈ? ਬੜੀ ਦਰਦ ਹੋ ਰਹੀ। ਆ ਫੈਸਲਾਬਾਦ ਦਾ ਮੁੰਡਾ ਸੁਣਿਆ ਨਜ਼ਾਕਤ ਅਲੀ? ਆਹੋ ਆਹੋ, ਕਿੰਨਾ ਕਹਿੰਦਾ ਸੀ ਦਰਦ ਰੁਕਦਾ ਨਹੀਂ ਇੱਕ ਪਲ ਵੀ। ਆਹਾ, ਉਸਤਾਦ ਹੁਣਾਂ ਨੇ ਇੱਕ ਪੁੜੀ ਦਿੱਤੀ, ਹੁਣ ਕਦੀ ਸੁਣਿਆ ਹੀ? ਉਹ ਕਾਬਲ ਹਕੀਮ ਨੇ, ਦੱਸ ਇਹਨਾਂ ਨੂੰ ਮੈਂ ਆਪਣੇ ਤਿੰਨ ਕਬਰਸਤਾਨ ਆਬਾਦ ਕੀਤੇ ਨੇ। ਹਾਂਜੀ, ਇਹਨਾਂ ਇਹਨਾਂ ਦੀ ਕਾਰਗਰਦਗੀ ਹੈ। ਅੱਛਾ, ਇੱਕ ਬੰਦਾ ਸਾਡੇ ਪਿੰਡ 'ਚ ਬਿਮਾਰ ਹੋ ਗਿਆ। ਅੱਛਾ, ਉਹਨੂੰ ਕਰਾਚੀ ਲੈ ਕੇ ਜਵਾਬ ਦਿੱਤਾ, ਫਿਰ ਪਿੰਡੀ ਲੈ ਕੇ ਗਏ ਜਵਾਬ ਦਿੱਤਾ, ਫਿਰ ਸਾਰੀ ਦੁਨੀਆ ਫਿਰ ਕੇ ਉਸਤਾਦ ਕੋਲ ਆਏ, ਫਿਰ ਉਸਤਾਦ ਨੇ ਵੀ ਜਵਾਬ ਦਿੱਤਾ। ਹੋਰ ਇਹ ਕੀ ਕਰਦੇ? ਸਹੀ ਗੱਲ, ਉਸਤਾਦ ਬੜਾ ਕਾਬਲ ਹੈ। ਮੱਝ ਚੋਣ ਤੋਂ ਪਹਿਲੇ ਇਸ ਤਰ੍ਹਾਂ ਨਹੀਂ ਹੁੰਦੀ, ਚੋਣ ਤੋਂ ਪਹਿਲੇ ਇਸ ਤਰ੍ਹਾਂ ਨਹੀਂ ਹੁੰਦੀ, ਜਦੋਂ ਚੋਲ ਹੋ ਫਿਰ ਇਸ ਤਰ੍ਹਾਂ ਨਹੀਂ ਹੋਈ ਦੀ। ਜਦੋਂ ਬਾਲ ਬੱਚੇ ਵਾਲੀ ਹੋ ਜਾਏ ਫਿਰ ਇੱਦਾਂ ਦੀ ਹੋ ਜਾਂਦੀ। ਤੇ ਜੇ ਪੀਸੀ ਹੋਟਲ ਜਾ ਕੇ ਬੰਦ ਦਿਓ ਬਸੰਤ ਵਾਲੇ ਦਿਨ, ਤੇ ਫਿਰ ਇਸ ਤਰ੍ਹਾਂ ਦੀ ਹੋ ਜਾਂਦੀ। ਸਾਲ ਮੇਰੇ ਦੀ ਬੜੀ ਵੈਲੀ ਹੋਈ, ਇੱਥੇ ਆਏ ਨੇ ਬਾਥਰੂਮ 'ਚ ਗਏ ਨੇ, ਬਾਥਰੂਮ 'ਚ ਬਾਹਰ ਆਏ, ਬਾਥਰੂਮ ਵਾਲੇ ਬੰਦੇ ਦਾ ਹਾਸਾ ਨਿਕਲ ਗਿਆ। ਅੱਛਾ, ਉਹ ਕਹਿੰਦਾ ਹੁਣ ਮੈਂ ਤਾਂ ਪੈਸੇ ਦਵਾਂ ਜਾਂ ਇਹਦੇ ਕੋਲ ਲਵਾਂ। ਇਹ ਵੀ ਲੈਟਰਿਨ 'ਚੋਂ ਨਿਕਲਿਆ ਤੇ ਕਹਿੰਦਾ ਕਿੰਨੇ ਪੈਸੇ? ਕਹਿੰਦਾ ਜਾ ਚਲਾ, ਤੂੰ ਕੀ ਕੀਤਾ ਹੁਣ? ਜਾ ਜਾ। ਚੂਚੇ ਦੇ ਪੈਰਾਂ ਚ ਵਾਲ ਫਸੇ ਨੇ। ਉਹ ਮਿਲੋ ਤੇ ਸਹੀ ਲੱਗਦਾ, ਇੱਕ ਦੂਜੇ ਨੂੰ ਸੁਲਾ ਮਾਰਨ ਦਾ। ਤਮਾਕੂ ਨੀ ਵੇਚਦੇ? ਤਮਾਕੂ ਪੀਣ ਵਾਲੀ ਦਾ ਬੱਚਾ ਤੂੰ? ਆਏ ਬੜੀਆਂ ਦਰਦਾਂ ਹੋਣ ਡਈਆਂ। ਅੰਦਰੋਂ ਇੱਕ ਗਲਾਸ ਦੁੱਧ ਲੈ ਕੇ ਆ। ਜਿਹੜਾ ਆਂਦਾ ਦੁੱਧ 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 ਮੁੱਕ ਗਿਆ। ਤੂੰ ਸਿਰਫ ਗਲਾਸ ਲੈ ਆ, ਸਫ਼ਰ ਤੋਂ ਥੱਕ ਗਏ ਹੋਵੋਗੇ। ਟੋਪੀ ਪਿਛਲੇ ਟੋਪੀ ਚੁੱਕ ਲੈ, ਫਿਰ ਲੱਭਣੀ ਨੀ ਇਹਨੇ ਥੱਲੇ ਚਲੀ ਗਈ ਤੇ ਲੱਭਣੀ ਨੀ। ਲਓ ਜੀ ਉਸਤਾਦ ਜੀ, ਆ ਇੱਕੋ ਹੀ ਰਹਿ ਗਿਆ, ਲੱਖਾਂ ਲੋਕ ਬਣਾਵਣ ਹਾਰ ਫੁੱਲਾਂ ਦਾ। ਤੇਰਾ ਕੀ ਤਲਕ ਫੁੱਲਾਂ ਨਾਲ ਸਾਲੇ? ਆਹ, ਮੇਰਾ ਕੀ ਤਲਕ ਫੁੱਲਾਂ ਨਾਲ? ਹੀਰਾ ਮੰਡੀ ਵੇਚਦਾ ਜਾ ਕਿਤੇ ਰੂੜੀਆਂ ਫੁੱਲ ਜਾ ਕੇ।
ਲੱਖਾਂ ਲੋਕ ਬਣਾਵਣ ਹਾਰ ਫੁੱਲਾਂ ਦਾ, ਪਰ ਗੁਲਾਬ ਦੇ ਫੁੱਲਾਂ ਜਿਹਾ ਹਾਰ ਕੋਈ ਨਾ। ਲੱਖਾਂ ਲੋਕ ਕਰਨ ਪਿਆਰ, ਪਰ ਮਾਂ ਦੇ ਪਿਆਰ ਜਿਹਾ ਪਿਆਰ ਕੋਈ ਨਾ। ਸਟੇਜ ਦੀ ਦੁਨੀਆ ਤੇ ਲੱਖਾਂ ਫਨਕਾਰ ਆਏ, ਪਰ ਅਮਾਨੁੱਲਾ ਜਿਹਾ ਫਨਕਾਰ ਕੋਈ ਨਾ। ਮਿਹਰਬਾਨੀ ਕਾਹਦੀ ਹੋਈ, ਗੋਹਾ ਖਾਣ ਵਾਲੀ ਔਰਤ ਦੇ ਬੱਚਿਆ ਇੱਥੇ ਜੁਗਤਾ ਕਰ ਰੱਖਿਆ, ਫੇਰ ਕੋਟ ਰੱਖਿਆ, ਕੜੀ ਬੁੜੀ ਕੜੀ ਬੁੜੀ ਕੱਪੜੇ ਰੱਖ ਦਿੰਦਾ ਤੂੰ ਹਮਾਮ ਦੇ ਆਉਂਦੇ ਓਏ, ਹਮਾਮ ਦੇ ਆਉਂਦੇ ਓਏ। ਚਲਦੀ ਟ੍ਰੇਨ ਦੀ ਬਾਰੀ ਚੋਂ ਮੂੰਹ ਕੱਢ ਕੇ ਪਿਛਲੇ ਡੱਬੇ ਨੂੰ ਕਹਿਣ ਡਿਆ, ਔਰ ਸਾਡੇ ਤੋਂ ਅੱਗੇ ਲੰਘ ਕੇ ਤੇ ਵਹਾਓ, ਔਰ ਤੇਰੀ ਮਾਂ ਚਲਾਉਣ ਡਈ ਸੀ ਓਏ। ਮਲੇ ਦੀ ਦੇਗ ਪਕੜ ਲਈ ਤੇ ਉੱਥੇ ਧਮਾਲਾ ਪਾ ਰਿਹਾ, ਉਹਨੇ ਕਹੇ ਧਮਾਲਾ ਨਾ ਪਾਓ, ਅਸੀਂ ਪਾਕ ਪਤਨ ਲੈ ਜਾਣੀ ਆ। ਚਲੋ ਉਹ ਤੇ ਦੇਖਦੇ ਧਮਾਲ ਪਾਉਂਦਾ ਤੇ ਤੂੰ ਤੂੰ ਤੇ ਲਕਸ਼ਮੀ ਚੌਂਕ ਜਾਣਾ, ਟਕਾ ਟਕ ਬਣਦੇ ਹੁਣ ਤੇ ਉੱਥੇ ਨੱਚਣ ਲੱਗ ਪਏ ਨੇ, ਖੁਸ਼ੀ ਨਾਲ ਕੇ ਰਿਜ਼ਕ ਬਣ ਰਿਹਾ, ਲੈ ਰਿਜ਼ਕ ਬਣ ਰਿਹਾ। ਇਹ ਸਾਡੇ ਡਾਚੀਆਂ ਚਾਹੁੰਦੇ ਨੇ ਬਹਾਵਲਪੁਰ ਦੇ ਕੋਲ ਜਾ ਕੇ, ਅੱਛਾ ਜੀ, ਉਹ ਬਸਤੀ ਮਲੂਕ ਬਸਤੀ ਘਣਾ ਇੱਥੇ ਰੱਖ ਕੇ ਨਾਲ ਬੋਲੀ ਬੋਲਦੀ ਉੱਠਣੀ, ਹੱਲ ਨਹੀਂ ਉੱਠ ਟੌਣ ਲੰਮੀ ਕਰਕੇ ਖਾ ਜਾ, ਮੈਨੂੰ ਪਿਉਣਾ ਸੀ ਉਹ ਪਿਉਤਾ, ਫਰਗ ਹੋ ਗਈ ਚੱਲ ਠੀਕ ਕੀਤਾ। ਇਹ ਤੂੰ ਦੁੱਧ ਚੋਣ ਡਿਆ ਜਾਂ ਉਂਠੀ ਦੇ ਥੱਲੇ ਪਤੰਗ ਉਡਾਣ ਡਿਆ? ਤੂੰ ਇੰਨੀਆਂ ਜੁਗਤਾਂ ਕਰਨਾ, ਤੂੰ ਫੈਸਲਾਬਾਦ ਫੈਸਲਾਬਾਦ ਤੇ ਭਾਜੀ ਫਨਕਾਰ ਦੇ ਦੂਰ ਦੀ ਗੱਲ, ਉੱਥੋਂ ਦੇ ਰੱਖੀਆਂ ਜੁਗਤਾਂ ਕਰਦੇ ਨੇ, ਠੀਕ ਗੱਲ ਹੈ। ਰਕਸ਼ਾ ਹੀ ਖਲੋਤਾ, ਮੈਂ ਦਰਵਾਜ਼ਾ, ਮੈਂ ਪੁੱਛਣਾ ਸੀ ਵੀ ਚੱਲੀਏ, ਮੈਂ ਗਲਤੀ ਕੀਤੀ, ਮੈਂ ਕਿਹਾ ਖਾਲੀ ਹੈ, ਤੂੰ ਨਹਾਉਣਾ ਵਿੱਚ ਬਹਿ ਗਏ, ਇੱਕ ਕੱਪੜਾ ਮੈਨੂੰ ਪਸੰਦ ਆਇਆ, ਉਹ ਮੈਂ ਸੂਟ ਨਹੀਂ ਕਿਹਾ ਕਿ ਮੇਰੇ ਸੂਟ ਨੂੰ ਕਿੰਨਾ ਲੱਗੇਗਾ, ਮੈਂ ਗਲਤੀ ਕੀਤੀ, ਮੈਂ ਕਿਹਾ ਯਾਰ ਮੈਨੂੰ ਕਿੰਨਾ ਕੱਪੜਾ ਲੱਗ ਜਾਏਗਾ, ਮੌਲਵੀ ਸਾਹਿਬ ਨੂੰ ਪੁੱਛ ਲਓ, ਵੈਸੇ ਨੌ ਗਜ ਹੁੰਦਾ, ਨਸੀਮ ਵਿੱਕੀ ਦੇ ਘਰ ਰੋਟੀ ਖਾਣ ਡੇ, ਉਤਲੇ ਕਮਰੇ 'ਚ ਬਹਿ ਗਏ, ਅਤੇ ਅੰਮੀ ਜੀ ਨੇ ਕਿਹਾ ਪੁੱਤ ਤੁਸੀਂ ਰੋਟੀ ਖਾਓ, ਮੈਂ ਤੁਹਾਡੇ ਵਾਸਤੇ ਥੱਲੇ ਹੋਰ ਸਾਲਨ ਲੈ ਆਵਾਂ, ਮੈਂ ਤਰਾਮਨ ਕਿਹਾ, ਮੈਂ ਕਿਹਾ ਅੰਮੀ ਜੀ ਮੈਂ ਲੈ ਆਉਣਾ, ਪੁੱਤ ਤੇਰੇ ਕੋਲ ਸਾਈਕਲ ਆ, ਇਸੇ ਤਰ੍ਹਾਂ ਹੀ ਸਾਰਾ ਆ। ਤਾਰਕ ਟੈਡੀ ਨਹੀਂ, ਤਾਰਕ ਟੈਡੀ ਦੀ ਅੰਮੀ ਸਬਜ਼ੀ ਵਾਲੇ ਕੋਲ ਬੈਠੀ, ਮੈਂ ਕਿਹਾ ਮਾਂ ਜੀ ਸਬਜ਼ੀ ਲੈਣ ਆਇਓ, ਕਹਿੰਦੀ ਹੋਰ ਮੈਂ ਇਹਦੀ ਸ਼ਕੀਰ ਤਾਂ। ਫੈਸਲਾਬਾਦ ਏਦਾਂ ਹੀ ਜੁਗਤਾਂ ਹੁੰਦੀਆਂ, ਮੈਂ ਇੱਕ ਹੋਟਲ ਤੇ ਗਿਆ, ਮੈਂ ਕਿਹਾ ਇੱਕ ਪਲੇਟ ਗੋਸ਼ਤ ਦੀ ਲਿਆ, ਮੈਨੂੰ ਕਹਿੰਦਾ ਓਨਾ ਪਵਾ ਜਿੰਨਾ ਖਾਣਾ, ਮੈਂ ਨਾਈ ਦੀ ਦੁਕਾਨ ਤੇ ਗਿਆ ਤੇ ਮੈਂ ਅਖਬਾਰ ਪੜ੍ਹ ਕੇ ਨਾਲ ਆਈ ਸੋਚਣ ਡਿਆ, ਨਾਈ ਕਹਿੰਦਾ ਕੰਧ ਨੀ ਸੋਚਣ ਡਿਆ, ਤੈਨੂੰ ਕਿਹੜੀ ਅਕਲ, ਤੇਰੂ ਅਕਲ ਹੀ ਨਾ ਹੈਗੀ, ਚੱਲ ਜਾ ਫਿਰ ਅੰਦਰ ਹੁਣ ਜਾ, ਮੇਰਾ ਪੀਰ ਬੜਾ, ਚੱਲ ਸ਼ਾਬਾਸ਼ ਆਰਾਮ ਕਰ, ਜਾ ਕੇ ਨਿਕਲ ਜਾ ਹੁਣ, ਠੀਕ ਹੋ ਗਿਆ ਮੈਂ ਮੋਚ ਠੀਕ ਕਰ, 5 ਮਿੰਟ ਪਿੱਛੇ ਹੀ ਜਾ, ਤੈਨੂੰ ਕੀ ਘੜੀ ਨਾਲ ਇਹ ਮੇਰਾ ਸ਼ਕੀਰ ਤੇ, ਹਾਂਜੀ ਅੱਛਾ ਜੀ, ਇਹ ਚਿੰਗਮ ਚਿੰਗਮ ਲੈ ਦਿੱਤੀ ਸੀ ਤੇ ਲਿਆ, ਇਹ ਲੁੱਟੋ ਦਾ ਸਾਪ ਹੀ ਇਧਰ ਵੇ ਹੋਏ, ਇਹ ਨੁਕਸਾਨ ਨਾ ਛੱਡੀ ਯਾਰ, ਮੈਨੂੰ ਤਾਂ ਕੋਈ ਇਲਾਜ ਦੱਸ ਦਿਓ, ਤੇਰਾ ਇਲਾਜ ਹੋ ਜਾਂਦਾ ਬੇਫਿਕਰ, ਓਏ ਤੁਸੀਂ ਹਕੀਮ ਦਾ, ਤੂੰ ਸ਼ਕੀਰ ਦਾ, ਤੈਨੂੰ ਹਾਲੀ ਤੱਕ ਮੁੰਡੇ ਨੂੰ ਲੱਗੀ ਹੈ ਸੱਟਾਂ, ਤੇ ਉਹਨੂੰ ਇਲਾਜ ਦੱਸੋ, ਹਾਂ ਤੂੰ ਦੇਸੀ ਬੰਦਾ ਤੂੰ ਦੱਸ ਦੇ, ਅੱਛਾ ਇਹ ਗੱਲ ਚੱਲ ਜਾ, ਯਾਦ ਕਰ ਲੈ ਤੇ ਜਾ ਕੇ ਲੈ ਆ ਬਾਜ਼ਾਰੋਂ, ਕੀ ਆਪਣਾ ਯਾਦ ਕਰ, 5 ਤੋਲੇ ਮਗਾ, 5 ਤੋਲੇ ਮਗਾ, 6 ਤੋਲੇ ਅਗਾ, 6 ਅਗਾ ਕਿੱਥੇ, ਤੇ 6 ਤੋਲੇ ਅਗਾ, ਤੇ ਅੱਧਾ ਕਿਲੋ ਗਰੀਸ, ਅੱਧਾ ਕਿਲੋ ਗਰੀਸ, ਉੱਥੇ ਨਾ ਕਿੱਥੇ ਸੱਟਾਂ ਲੱਗੀਆਂ ਤੈਨੂੰ, ਉੱਠ ਕਾਕਾ ਕਾਕਾ ਜਿਹੜਾ, ਤੇ 1.5 ਇੰਚੀ ਦਾ ਨੱਟ ਲੈ, ਉਹ ਪੁੱਤ ਮਹਿਮਾਨ ਆਇਆ ਨਲਕਾ ਖਰਾਬ ਆ, ਉਹ ਪਹਿਲੇ ਮੈਨੂੰ ਤਾਂ ਠੀਕ ਕਰ ਬਾਬਾ, ਮੈਂ ਕਿ ਨਲਕੇ ਦੀ ਫਿਕਰ ਪੈ ਗਈ ਤੈਨੂੰ, ਉਹ ਜਾਣਾ ਉਹਨੇ ਇਕੱਠਾ ਸਮਾਨ ਲੈ ਆਵੇਗਾ, ਮੇਰਾ ਤੇ ਨਲਕੇ ਦਾ ਸਮਾਨ ਮਿਕਸ ਨਾ ਕਰ, ਮੈਨੂੰ 1.5 ਇੰਚੀ ਦਾ ਨੱਟ ਕਿੱਥੇ ਲੈਣਾ ਹੀ ਹੋਏ,
ਬਾਅਦ ਚੋਂ ਮੈਂ ਟਾਂਕੇ ਲਵਾਉਂਦਾ ਫਿਰਾਂ ਸਾਲਿਆ ਤੈਨੂੰ ਮੈਂ ਲਿਖ ਦੇਣਾ ਆਪੇ ਜਾ ਕੇ ਲੈ ਯਾਰ ਆਪਣਾ ਕਹੋ ਤੇ ਕੁਲਫਾ ਕਾਸ਼ਨੀ ਵਿੱਚ ਪਾਈ ਗਲੋ ਕਹੋ ਤੇ ਕੁਲਫਾ ਕਾਸ਼ਨੀ ਵਿੱਚ ਪਾਉਣੀ ਗਲੋ ਜਦੋਂ ਵਜਨ ਰਾਤ ਦੇ 12 ਧੁੱਪੇ ਜਾਈ ਖਲੋ ਰਾਤ ਦੇ 12 ਵਜੇ ਤੇਰਾ ਪਿਓ ਸੂਰਜ ਲੈ ਕੇ ਖਲੋਤਾ ਹੁੰਦਾ ਯਾਰ ਦੇਸੀ ਟੋਟਕੇ ਨੇ 12 ਵਜੇ ਧੁੱਪ ਕਿੱਥੋਂ ਨਿਕਲ ਗਈ ਹੋਏ ਇਹ ਤੈਨੂੰ ਮੈਂ ਦੱਸ ਰਿਹਾ ਅੱਛਾ ਬੱਚੇ ਰਾਤ ਦੇ 12 ਧੁੱਪੇ ਜਾਈ ਖਲੋ ਇੱਧਰ ਉੱਧਰ ਨਾ ਵੇਖੀ ਆਉਣਗੇ ਬੰਦੇ ਦੋ ਤੇਰੇ ਹੱਥ ਤੇ ਰੱਖਣਗੇ ਪੈਸੇ ਤੇ ਬਾਅਦ ਚ ਖਾਈ ਦੇਸੀ ਘਿਓ